हाँ जी, मेरे वालों सारे में पहलों तो सत श्री अकाल। तुसी मेरा चैनल देख रहे हो जस बराड 03, तो तुसी पहला तो मेरा चैनल जरूर सबसक्राइब करो जो तुहानू नैक्सट वीडियो जो भी मैं अपलोड करा तुहानू पहल के आधार पर मेरी वीडियो मिल जाए। तो जिहड़ा अज मेरा टॉपिक आ वह हैगा कनेडा के विजिटर वीजे बारे कि तुसी कनेडा का विजिटर वीजा किदां प्राप्त कर सकते हो। कनेडा का विजिटर वीजा प्राप्त करना कोई बहुत ही औखी गल नहीं गी, बहुत ही ईजली बहुत ही आसान जहा तरीका एक कनेडा का विजिटर वीजा प्राप्त करना वो तुहानू मैं दसूँगा। ये मेरा वीडियो पाउण दा मेन मकसद यही आ, कनेडा का विजिटर वीजा तो सारी अजकल लगा रहे आ, पर जिहड़े एजेंट तो लगा रहे आ वह लखां रुपया ठग रहे आ, क्योंकि जिहड़ा विजिटर वीजा आ जांदा उहते कोई भी खर्चा नहीं आउंदा तुहाडा ज़्यादा, ਤਾਂ ਤੁਹਾਡੇ ਤੇ ਏਜੰਟ 15 ਲੱਖ ਰੁਪਇਆ ਮਾਰ ਰਿਹਾ ਕਿ ਤੁਹਾਨੂੰ ਮੈਂ ਵੀਜ਼ਾ ਲੈ ਕੇ ਦਿੱਤਾ ਕਨੇਡਾ ਦਾ। ਕਨੇਡਾ ਦਾ ਨਾਂ ਹੀ ਬਹੁਤ ਵੱਡਾ ਹੈਗਾ, ਆਪਣੇ ਤਾਂ ਪੰਜਾਬੀ ਬਸ ਮਗਰ ਚੱਲ ਪੈਂਦੇ ਹੈਗੇ ਯਾਰ ਕਨੇਡਾ ਦਾ ਵੀਜ਼ਾ ਆ ਗਿਆ 15 ਲੱਖ, ਕਿੱਡੀ ਕੁ ਚੀਜ਼ ਆ ਤੂੰ 20 ਲੱਖ ਚੱਕ, ਠੀਕ ਹੈ। ਉਸ ਕਰਕੇ ਇਹਨਾਂ ਚੀਜ਼ਾਂ ਤੋਂ ਬਚੋ ਅਤੇ ਦੂਜਿਆਂ ਨੂੰ ਵੀ ਬਚਾਓ। ਜਿਹੜੇ ਮੰਨ ਲਓ ਹੁਣ ਤੁਸੀਂ ਇਹ, ਮੈਂ ਐਗਜ਼ਾਮਪਲ ਤੁਹਾਨੂੰ ਤਾਂ ਦੇ ਰਿਹਾਗਾ ਕਿਉਂਕਿ ਪਹਿਲਾਂ ਮੈਨੂੰ ਵੀ ਨਹੀਂ ਇਹ ਚੀਜ਼ ਪਤਾ ਹੁੰਦੀ ਸੀਗੀ। ਮੇਰੇ ਤੋਂ ਮੇਰਾ ਛੋਟਾ ਬ੍ਰਦਰ ਅਤੇ ਮੇਰੀ ਦਾਦੀ ਜੀ ਉਹ 5 ਕੁ ਮੰਥ ਪਹਿਲਾਂ ਹੀ ਬਾਹਰ ਗਏ ਆ ਕਨੇਡਾ। ਉਹਨਾਂ ਦਾ ਮੈਂ ਵਿਜ਼ਟਰ ਵੀਜ਼ਾ ਅਪਲਾਈ ਕੀਤਾ ਸੀ ਈਜ਼ੀ ਵੀਜ਼ਾ ਜਲੰਧਰ ਤੋਂ। ਉਹਨਾਂ ਨੇ ਸਾਨੂੰ ਵਧੀਆ ਗਾਈਡ ਕੀਤਾ, ਠੀਕ ਹੈ, ਵਧੀਆ ਉਹਨਾਂ ਨੇ ਸਾਨੂੰ ਦੱਸਿਆ ਕਿ ਤੁਸੀਂ ਇੱਦਾਂ ਡਾਕੂਮੈਂਟ ਰੈਡੀ ਕਰੋ। ਮੈਂ ਕਹਿੰਦਾ ਕਿ ਕਿਸੇ ਦੇ ਦੱਸਣ ਨਾਲ ਹੀ ਆਪਾਂ ਨੂੰ ਗਾਈਡਨੈਂਸ ਮਿਲਦੀ ਹੈ, ਮੈਨੂੰ ਕੁਛ ਨਹੀਂ ਪਤਾ ਹੁੰਦਾ ਸੀ ਪਹਿਲਾਂ ਕਿ ਇਹ ਵੀ ਕੋਈ ਵਿਜ਼ਟਰ ਵੀਜ਼ਾ ਵੀ ਕੋਈ ਨਾਮ ਹੁੰਦਾ ਹੈਗਾ। ਤਾਂ ਉਹਨਾਂ ਤੋਂ ਸਾਨੂੰ ਪਤਾ ਲੱਗਿਆ ਕਿ ਤੁਸੀਂ ਕਿੰਨੇ ਰੁਪਏ 'ਚ ਵਿਜ਼ਟਰ ਵੀਜ਼ਾ ਅਪਲਾਈ ਕਰ ਸਕਦੇ ਹੋ ਅਤੇ ਤੁਹਾਡਾ ਕਿੰਨੇ ਦਿਨਾਂ ਦੇ ਵਿੱਚ ਰਿਜ਼ਲਟ ਆ ਜਾਂਦਾ ਗਾ। ਅਤੇ ਮੈਂ ਇਹ ਐਗਜ਼ਾਮਪਲ ਤੁਹਾਨੂੰ ਇਸ ਲਈ ਦੇ ਰਿਹਾ ਗਾ ਕਿ ਕਈ ਲੋਕ ਡਰ ਜਾਂਦੇ ਕਿ ਜਿਹੜੇ ਯੰਗ ਹੁੰਦੇ ਆ ਮੁੰਡੇ, ਮੰਨ ਲਓ ਕਿ ਮੇਰੇ ਵਰਗੇ 21-22-23 ਸਾਲਾਂ ਦੇ, ਕਿ ਉਹਨਾਂ ਦੇ ਵੀਜ਼ਾ ਨਹੀਂ ਆਉਂਦੇ। ਤੁਹਾਨੂੰ ਮੈਂ ਐਗਜ਼ਾਮਪਲ ਬਿਲਕੁਲ ਸਾਹਮਣੇ ਦੱਸ ਰਿਹਾ ਗਾ, ਮੇਰੇ ਤੋਂ ਮੇਰਾ ਛੋਟਾ ਬ੍ਰਦਰ ਅਤੇ ਦਾਦੀ ਜੀ ਉਹਨੂੰ ਸਪੋਂਸਰ ਸੀ, ਸਾਡੀ ਜੁਆਇੰਟ ਫੈਮਿਲੀ ਆ, ਮੇਰੇ ਕਜ਼ਨ ਬ੍ਰਦਰ ਵੱਲੋਂ ਉਹਨੂੰ ਸਪੋਂਸਰਸ਼ਿਪ ਸੀਗੀ। ਅਤੇ ਉਹਨੇ ਜਦੋਂ ਵੀਜ਼ਾ ਆਪਣਾ ਅਪਲਾਈ ਕੀਤਾ ਤਾਂ ਉਹਦੇ ਡਾਕੂਮੈਂਟ ਸਾਰੇ ਲੱਗੇ ਸੀਗੇ। ਉਹ ਜਿਹੜੇ ਜਿਹੜੇ ਡਾਕੂਮੈਂਟ ਲੱਗੇ ਸੀ ਉਹ ਤੁਹਾਨੂੰ ਮੈਂ ਡਾਕੂਮੈਂਟ ਦੱਸ ਦਿੰਦਾ ਜਿਹੜੇ ਸਪੋਂਸਰਸ਼ਿਪ ਵੱਲੋਂ ਡਾਕੂਮੈਂਟ ਲੱਗਦੇ ਆ। ਜੇ ਤੁਹਾਡੀ ਵੀ ਕੋਈ ਸਪੋਂਸਰਸ਼ਿਪ ਹੈਗੀ ਆ, ਤੁਹਾਡੇ ਭਾਵੇਂ ਬ੍ਰਦਰ ਦੀ ਆ ਕੋਈ ਰਹਿੰਦਾ ਉੱਥੇ, ਜਾਂ ਕੋਈ ਤੁਹਾਡਾ ਰਿਲੇਟਿਵ ਰਹਿੰਦਾ, ਤੁਹਾਡਾ ਫਰੈਂਡ ਰਹਿੰਦਾ, ਇਹ ਸੇਮ ਹੀ ਡਾਕੂਮੈਂਟ ਲੱਗਣੇ ਆ ਸਪੋਂਸਰਸ਼ਿਪ ਵੱਲੋਂ, ਕਿਹੜੇ ਕਿਹੜੇ ਡਾਕੂਮੈਂਟ ਅਸੀਂ ਲਾਏ ਸੀਗੇ। ਮੇਰੇ ਬ੍ਰਦਰ ਵੱਲੋਂ ਡਾਕੂਮੈਂਟ ਲੱਗੇ ਸੀ ਸਪੋਂਸਰਸ਼ਿਪ ਲੈਟਰ ਨੋਟਰੀ ਕਰਵਾ ਕੇ, ਇੰਡੀਅਨ ਪਾਸਪੋਰਟ ਉਹਦੀ ਕਾਪੀ, ਅਤੇ ਉਹਦੇ ਕੋਲ ਵਰਕ ਪਰਮਿਟ ਸੀ। ਵਰਕ ਪਰਮਿਟ ਜਿਸ ਬੰਦੇ ਕੋਲ ਪੀ ਆਰ ਆ ਉਹਦਾ ਪੀ ਆਰ ਲੱਗੂਗਾ, ਜਿਹੜੇ ਇਨਸਾਨ ਕੋਲ ਉੱਥੇ ਸਟੱਡੀ ਆ ਉਹਦਾ ਸਟੱਡੀ ਲੱਗੂਗਾ, ਅਤੇ ਟੈਕਸ ਪੇਪਰ ਉਹਦੇ ਜਿਉਂ ਟੈਕਸ ਪੇ ਕਰਦਾ ਉੱਧਰ ਗੌਰਮੈਂਟ ਨੂੰ, ਅਤੇ ਉਹਦੇ ਵਰਕ ਰਿਲੇਟਡ ਜਿੱਥੇ ਉਹ ਵਰਕ ਕਰ ਰਿਹਾ ਉਹਦੇ ਜੋਬ ਲੈਟਰ ਅਤੇ ਉਹਦੀ ਸੈਲਰੀ ਸਲਿਪਸ 3 ਮੰਥ, ਅਤੇ ਬੈਂਕ ਸਟੇਟਮੈਂਟ ਉਸਦੀ ਜੋ ਸਪੋਂਸਰ ਤੁਹਾਨੂੰ ਬਾਹਰੋਂ ਕਰ ਰਿਹਾ, ਅਤੇ ਉਹਦਾ ਐਡਰੈਸ, ਘਰ ਦਾ ਐਡਰੈਸ। ਅਤੇ ਇਹ ਤਾਂ ਹੋ ਗਏ ਉਹਦੇ ਡਾਕੂਮੈਂਟ, ਤੁਹਾਨੂੰ ਮੈਂ ਕਲੀਅਰ ਕਰ ਹੀ ਦਿੱਤਾ ਕਿ ਉਹਦੇ ਤਾਂ ਇੰਨੇ ਕੁ ਡਾਕੂਮੈਂਟ ਆ। ਅਤੇ ਇਹ ਡਾਕੂਮੈਂਟ ਮੈਂ ਤੁਹਾਨੂੰ, ਤੁਸੀਂ ਮੇਰੇ ਤੋਂ ਪੁੱਛ ਵੀ ਸਕਦੇ ਹੋ ਕਿ ਕਿਹੜੇ ਕਿਹੜੇ ਡਾਕੂਮੈਂਟ ਸਪੋਂਸਰਸ਼ਿਪ ਵੱਲੋਂ ਤੁਸੀਂ ਮੰਗਾ ਸਕਦੇ ਹੋ। ਤੁਸੀਂ ਮੈਨੂੰ ਇੰਸਟਾਗ੍ਰਾਮ 'ਤੇ ਜ਼ਰੂਰ ਮੈਸੇਜ ਕਰਨਾ, ਮੈਂ ਤੁਹਾਨੂੰ ਲਿੰਕ ਜ਼ਰੂਰ ਦੇ ਦੂੰਗਾ ਇੰਸਟਾਗ੍ਰਾਮ 'ਤੇ, JasBrad03 'ਤੇ ਨਾਂ 'ਤੇ ਮੇਰੀ ਇੰਸਟਾਗ੍ਰਾਮ ID ਆ, ਸੇਮ ਹੀ ਆ ਮੇਰਾ, ਜਿੰਨੇ ਵੀ ਅਕਾਊਂਟ ਆ ਮੇਰੇ JasBrad03 ਦੇ ਨਾਂ 'ਤੇ ਹੀ ਸਾਰੇ। ਅਤੇ ਹੁਣ ਮੈਂ ਤੁਹਾਨੂੰ ਦੱਸਦਾ ਕਿ ਸਾਡਾ ਜਿਹੜਾ ਵੀਜ਼ਾ ਲੈਣ ਦਾ ਸੀਗਾ ਪਰਪਸ, ਕਿ ਮੇਰੇ ਬ੍ਰਦਰ ਦਾ ਵੀਜ਼ਾ ਕਿੰਨੇ ਦਿਨਾਂ 'ਚ ਆਇਆ। ਮੇਰੇ ਬ੍ਰਦਰ ਦਾ ਵੀਜ਼ਾ ਸਿਰਫ ਤੋਂ ਸਿਰਫ 10 ਦਿਨਾਂ ਦੇ ਵਿੱਚ ਆ ਗਿਆ, ਬਾਇਓਮੈਟ੍ਰਿਕ ਤੋਂ ਬਾਅਦ 10 ਦਿਨਾਂ ਦੇ ਵਿੱਚ। ਅਸੀਂ ਡਾਕੂਮੈਂਟ ਕੀ ਰੈਡੀ ਕੀਤੇ ਸੀ, ਇਹਦੇ ਵਿੱਚ ਕੀ ਡਾਕੂਮੈਂਟ ਆਪਾਂ ਇੱਧਰੋਂ ਲਗਾ ਸਕਦੇ ਹਾਂ, ਕਿਉਂਕਿ ਸਾਡੇ ਐਗਰੀਕਲਚਰ ਕਰਦੇ ਆ ਫਾਦਰ ਸਾਹਿਬ, ਤਾਂ ਡਾਕੂਮੈਂਟ ਕੀ ਲਗਾ ਸਕਦੇ ਹਾਂ। ਸਾਡੇ ਕੋਲ ਮੇਨ ਪਰਪਸ ਮੈਂ ਤੁਹਾਨੂੰ ਦੱਸਦਾ, ਸਾਡੇ ਕੋਲ 5-6 ਲੱਖ ਰੁਪਇਆ ਫੰਡ ਪਹਿਲਾਂ ਤੋਂ ਪਿਆ ਸੀ, ਅਤੇ ਅਸੀਂ ਰੈਗੂਲਰ ਜੋ ਸਾਡੇ ਅਸੀਂ ਫਸਲ ਵੇਚਦੇ ਹਾਂ ਉਹਨਾਂ ਤੋਂ ਅਸੀਂ ਆਪਣੇ ਜੇ ਫੋਮ ਕਟਵਾ ਰਹੇ ਸੀ, ਕਿਉਂਕਿ ਸਾਨੂੰ ਇਸ ਚੀਜ਼ ਦੀ ਨੌਲੇਜ ਸੀ ਕਿ ਸਾਨੂੰ ਗਾਂਹ ਕੰਮ ਆਉਣੇ ਆ, ਤਾਂ ਅਸੀਂ ਕਟਵਾ ਲੈਂਦੇ ਸੀਗੇ ਜੇ ਫੋਮ 'ਤੇ। ਜੇ ਸਾਡੇ 'ਚ ਵੀ ਮਤਲਬ ਕਿਸੇ ਦੇ ਹੋਰ ਦੇ ਨਾਂ 'ਤੇ ਵੀ ਕਟਵਾ ਲੈਂਦੇ ਸੀ ਤਾਂ ਪੈਸੇ ਤਾਂ ਆਪਾਂ ਬੈਂਕ 'ਚ ਕਢਵਾ ਕੇ ਦਿੰਦੇ, ਉਹਦੇ ਨਾਲ ਸਟੇਟਮੈਂਟ ਥੋੜ੍ਹੀ ਗੁੱਡ ਹੋ ਗਈ। ਅਤੇ ਇਸ ਨਾਲ ਤੁਸੀਂ ਵੀ ਇੱਦਾਂ ਕਰ ਸਕਦੇ ਹੋ, ਤੁਸੀਂ ਆਪਣੇ ਜੇ ਤੁਹਾਡੇ ਕੋਲ ਜ਼ਮੀਨ ਥੋੜ੍ਹੀ ਆ ਤੁਸੀਂ ਕਿਸੇ ਦੇ ਵੀ ਨਾਂ 'ਤੇ ਕਟਵਾ ਸਕਦੇ ਹੋ, ਆਪਣੇ ਜੇ ਫੋਮ ਕਿਸੇ ਦੀ ਵੀ ਫਸਲ 'ਤੇ ਕਟਵਾ ਸਕਦੇ, ਕਿਸੇ ਨੂੰ ਨਹੀਂ ਚਾਹੀਦੇ ਹੁੰਦੇ ਤਾਂ ਉਹ ਮਤਲਬ ਕਿ ਤੁਸੀਂ ਤਾਂ ਉਹਨੂੰ ਪੈਸੇ ਦੇਣੇ ਆ, ਬਾਅਦ 'ਚ ਤੁਸੀਂ ਦੇ ਸਕਦੇ ਹੋ ਕਢਵਾ ਕੇ ਉਹਨਾਂ ਦੇ ਜਿਹੜੇ ਵੀ ਗੌਰਮੈਂਟ ਪਾਉਂਦੀ ਆ। ਅਤੇ ਇਹ ਮੰਨ ਲਓ ਕਿ ਜਿਹੜਾ ਇੱਧਰੋਂ ਆਪਾਂ ਵੀਜ਼ਾ, ਆਪਾਂ ਨੂੰ ਕਿਹੜੇ ਕਿਹੜੇ ਡਾਕੂਮੈਂਟ ਚਾਹੀਦੇ ਇੱਧਰਲੇ ਇਨਸਾਨ ਦੇ, ਜੇ ਮੰਨ ਲਓ ਕਿ ਜੇ ਅਸੀਂ ਕਿਸੇ ਬਜ਼ੁਰਗ ਇਨਸਾਨ ਨਾਲ ਕਰ ਰਹੇ ਹਾਂ
ਪਾਸਪੋਰਟ ਪਹਿਲੇ ਗੱਲ ਤਾਂ ਜਿਹੜਾ ਐਪਲੀਕੈਂਟ ਆ ਉਹਨਾਂ ਦਾ, ਉਹਨਾਂ ਦੇ ਪਾਸਪੋਰਟ, ਫਿਰ ਅੰਬੈਸੀ ਫੋਟੋ, 80% ਫੇਸ ਦੀ ਫੋਟੋ, ਠੀਕ ਹੈ, ਬੈਕਗਰਾਊਂਡ ਪੂਰਾ ਵਾਈਟ ਹੋਣਾ ਚਾਹੀਦਾ, ਬੈਂਕ ਸਟੇਟਮੈਂਟ 6 ਮੰਥ ਦੀ, ਜੋ ਇੰਡੀਆ ਵਾਲਾ ਪਰਸਨ ਆ ਜਿਹਦੇ ਫਾਈਲ ਅਪਲਾਈ ਕਰਨੀ ਆ ਜਿਹੜੇ ਇਨਸਾਨ ਨੇ, ਜੇ ਮੰਨ ਲਓ ਉਹਦੇ ਕੋਲ ਆਪਦੀ ਇਨਕਮ ਹੈ ਨਹੀਂ ਤਾਂ ਉਹਦੇ ਫਾਦਰ ਸਾਹਿਬ ਕੁਛ ਵੀ ਕਰ ਰਹੇ ਆ, ਮੇਰਾ ਬ੍ਰਦਰ ਸਟੱਡੀ ਕਰਦਾ ਸੀ ਰੈਗੂਲਰ, ਤਾਂ ਉਹਨੇ ਫਿਰ ਫਾਦਰ ਸਾਹਿਬ ਹੀ ਸਪੋਰਟ ਕਰ ਰਹੇ ਸੀ ਉਹਨੂੰ ਕਿ ਇਹਨੇ ਜਾਣਾ ਚਾਹੁੰਦਾ ਗਰਮੀਆਂ ਦੀਆਂ ਛੁੱਟੀਆਂ 'ਚ। ਅਸੀਂ ਜਿਹੜੀ ਫਾਈਲ ਲਗਾਈ ਸੀ, ਅਸੀਂ ਕੈਨੇਡਾ ਡੇ 'ਤੇ ਫਾਈਲ ਲਾਈ ਸੀਗੀ, ਅਤੇ ਉਹ ਕੈਨੇਡਾ ਡੇ 'ਤੇ ਗਿਆ ਸੀ ਕਾਲਜ ਵੱਲੋਂ, ਅਸੀਂ NOC ਲਿੱਤੀ ਸੀ, ਕਾਲਜ ਨੇ ਵੀ ਸਾਨੂੰ ਲਿਖ ਕੇ ਦਿੱਤਾ ਸੀਗਾ ਮੇਰੇ ਬ੍ਰਦਰ ਨੂੰ ਕਿ ਇਹ 1 ਮੰਥ ਲਈ ਕੈਨੇਡਾ ਦੇ ਵਿੱਚ ਘੁੰਮਣਾ ਜਾਂਦਾ ਗਾ ਅਤੇ ਸਾਡੇ ਵੱਲੋਂ ਫ੍ਰੀ ਆ, ਇਹਦੀਆਂ ਜਿਹੜੀਆਂ ਕਲਾਸਾਂ ਨੇ ਉਹ 10 'ਚ ਸਟਾਰਟ ਨੇ। ਅਤੇ ਇਹਦੇ ਨਾਲ ਅੰਬੈਸੀ ਵੀਜ਼ਾ ਔਫਿਸਰ ਵੀ ਥੋੜ੍ਹਾ ਜਿਹਾ ਸੋਚਦਾ ਕਿ ਹਾਂ ਸਟੂਡੈਂਟ ਉੱਧਰ ਇਹਨੇ ਵਾਪਸ ਹੀ ਜਾਣਾ ਗਾ। ਅਤੇ ਉਸ ਤੋਂ ਬਾਅਦ ਤੁਹਾਡਾ ਬੈਲੈਂਸ ਸਰਟੀਫਿਕੇਟ ਚਾਹੀਦਾ, ਇੱਧਰ ਬਹੁਤ ਚੰਗਾ, ਕਮ ਸੇ ਕਮ ਤੁਹਾਡੀ ਬੈਲੈਂਸ ਸਰਟੀਫਿਕੇਟ 10 ਲੱਖ ਤੋਂ ਪਲੱਸ ਹੋਣਾ ਚਾਹੀਦਾ, ਤਾਂ ਤੁਸੀਂ ਫਿਰ ਐਲੀਜੀਬਲ ਹੁੰਦੇ ਹੋ ਵਿਜ਼ਟਰ ਵੀਜ਼ੇ ਲਈ। ਤਾਂ ਮੈਂ ਨਹੀਂ ਚਾਹੂੰਗਾ ਕਿ ਪਹਿਲਾਂ ਤੁਹਾਡਾ ਅਕਾਊਂਟ ਖਾਲੀ ਹੋਵੇ, ਤੁਹਾਡੀਆਂ ਸਟੇਟਮੈਂਟ ਚੰਗੀਆਂ ਨਹੀਂ ਸੀ, ਤੁਸੀਂ ਇੱਕੋ ਦਮ ਬੈਲੈਂਸ ਰੱਖਤਾ ਫਿਰ ਵੀ ਤੁਹਾਡਾ ਵੀਜ਼ਾ ਰਿਜੈਕਟ ਵੱਜੂਗਾ, ਕਿਉਂਕਿ ਅੰਬੈਸੀ ਔਫਿਸਰ ਸੋਚੂਗਾ ਇਹਦੇ ਕੋਲ ਤਾਂ ਬੈਲੈਂਸ ਹੀ ਹੈ ਨਹੀਂ ਸੀ, ਇੱਕੋ ਤਾਂ ਬੈਲੈਂਸ ਇਹਨੇ ਕਿੱਥੋਂ ਪਾ ਲਿਆ। ਪਹਿਲਾਂ ਵੀ ਤੁਹਾਡੀ ਸਟੇਟਮੈਂਟ ਥੋੜ੍ਹੀ ਜਿਹੀ ਚੰਗੀ ਹੋਵੇ, ਵੱਡੀਆਂ ਰਕਮਾਂ 'ਚ ਹੋਵੇ ਤਾਂ ਤੁਸੀਂ ਜ਼ਿਆਦਾ ਬੈਟਰ ਆ, ਤਾਂ ਫਿਰ ਹੀ ਤੁਸੀਂ ਵਿਜ਼ਟਰ ਵੀਜ਼ਾ ਅਪਲਾਈ ਕਰੋ, ਨਹੀਂ ਤਾਂ ਰਹਿਣ ਦਿਓ ਤੁਹਾਡੀ ਰਿਜੈਕਟ ਵੱਜੂਗੀ। ਕਿਉਂਕਿ ਕਈ ਨਾ ਲੋਕ ਇੱਦਾਂ ਹੀ ਰਿਫਿਊਜ਼ਲ ਮਰਵਾ ਲੈਂਦੇ ਆ ਆਪਣੀ, ਲੋਕਾਂ ਮਗਰ ਲੱਗ ਜਾਂਦੇ ਆ, ਜਿਹੜੇ ਯੂਟਿਊਬ ਵੀ ਵਿੱਚ ਹੁੰਦੇ ਆ ਉਹ ਵੀ, ਜਿਹੜੇ ਇਮੀਗ੍ਰੇਸ਼ਨ ਵਾਲੇ ਹੁੰਦੇ ਔਫਿਸਰ, ਉਹ ਬਹੁਤ ਮਤਲਬ ਕਿ ਜਿਹੜੇ ਇਮੀਗ੍ਰੇਸ਼ਨ ਔਫਿਸਰ ਵਾਲੇ ਜਿਹੜੇ ਆਪਣੇ, ਜਿਵੇਂ ਬਠਿੰਡੇ ਹੀ ਲਾ ਲਓ, ਇੰਨੇ ਹੋ ਗਏ ਹੁਣ ਤਾਂ ਇਮੀਗ੍ਰੇਸ਼ਨ ਸੈਂਟਰ, ਉਹ ਗੱਪ ਮਾਰੀ ਜਾਂਦੇ ਤੁਹਾਨੂੰ ਕਿ ਤੁਸੀਂ ਵਿਜ਼ਟਰ ਵੀਜ਼ਾ ਅਪਲਾਈ ਕਰੋ, ਹੈ ਨਾ, ਤਾਂ ਇੱਦਾਂ ਕਰੋ ਕਿ ਤੁਸੀਂ ਤੁਹਾਨੂੰ ਕੋਈ ਫੰਡ ਦੀ ਲੋੜ ਨਹੀਂ, ਇਹ ਬਿਲਕੁਲ ਸਰਾਸਰ ਝੂਠ ਹੈਗਾ, ਤੁਹਾਨੂੰ ਫੰਡ ਜ਼ਰੂਰਤ ਪੈਂਦੀ ਪੈਂਦੀ ਹੈ। ਫਿਰ ਕਿਹੜੇ ਡਾਕੂਮੈਂਟ ਦੀ ਲੋੜ ਪੈਂਦੀ ਹੈ, ਤੁਹਾਡੇ ਕੋਲ ਜੇ ਫਾਰਮ ਹੋਣੇ ਚਾਹੀਦੇ ਆ ਓਰੀਜਨਲ। ਉਸ ਤੋਂ ਬਾਅਦ ਜੇ ਤੁਸੀਂ ਜ਼ਮੀਨ ਠੇਕੇ 'ਤੇ ਲੈ ਕੇ ਕਰ ਰਹੇ ਹੋ ਤਾਂ ਤੁਹਾਡੇ ਕੋਲ ਠੇਕੇ ਵਾਲੇ ਵੱਲੋਂ ਤੁਹਾਡੇ ਕੋਲ ਐਫੀਡੈਫਟ ਬਣਿਆ ਹੋਣਾ ਚਾਹੀਦਾ, ਉਹ ਤੁਸੀਂ ਲਗਾ ਸਕਦੇ ਹੋ। ਫਿਰ ਤੁਹਾਡੀ ਪ੍ਰੋਪਰਟੀ ਦੀ ਵੈਲੂਏਸ਼ਨ, ਗੋਲਡ ਵੈਲੂਏਸ਼ਨ, ਸੀ ਏ ਰਿਪੋਰਟ ਤੁਹਾਨੂੰ ਬਣਾ ਕੇ ਦਿੰਦਾ ਵੀ ਤੁਹਾਡੇ 'ਚ ਬੈਂਕ ਬੈਲੈਂਸ ਇੰਨਾ, ਤੁਹਾਡੀ ਪ੍ਰੋਪਰਟੀ ਕਿੰਨੀ ਆ, ਸਾਰਾ ਕੁਛ ਬਣਵਾ ਕੇ ਦਿੰਦਾ ਉਹ। ਤਾਂ ਤੁਹਾਨੂੰ ਜਿਹੜੀ ਅੰਬੈਸੀ 'ਚ ਲਾਉਣੀ ਆ ਤੁਸੀਂ ਫਾਈਲ, ਉਹਦੇ ਲਈ ਤੁਹਾਨੂੰ ਕੋਈ ਜ਼ਰੂਰਤ ਨਹੀਂ ਆਪਣੀ ਓਰੀਜਨਲ ਜਮ੍ਹਾਂਬੰਦੀ ਲਗਾਉਣ ਦੀ। ਉਸ ਤੋਂ ਬਾਅਦ ਜੇ ਤੁਸੀਂ, ਅੱਜ ਤੁਹਾਨੂੰ ਪਤਾ ਨੋਰਮਲ ਪਿੰਡਾਂ ਵਾਲੇ ਤਾਂ ਦੁੱਧ ਸੇਲ ਕਰਦੇ ਹੀ ਹੁੰਦੇ ਆ, ਜੇ ਕਿਤੇ ਵੀ ਤੁਸੀਂ ਡੈਰੀ 'ਤੇ ਦੁੱਧ ਸੇਲ ਕਰ ਰਹੇ ਹੋ ਤਾਂ ਉਸ ਤੋਂ ਤੁਸੀਂ ਉਹਨਾਂ ਦੀ ਲੈਟਰ ਪੈਡ 'ਤੇ ਲਿਖਵਾ ਸਕਦੇ ਹੋ ਕਿ ਮੈਂ ਇੰਨੇ ਟਾਈਮ ਤੋਂ ਦੁੱਧ ਪਾ ਰਿਹਾ, ਮੇਰੀ ਦੁੱਧ ਦੀ ਵੀ ਇੰਨੀ ਇਨਕਮ ਹੈਗੀ ਆ। ਉਸ ਤੋਂ ਬਾਅਦ ਤੁਹਾਡੇ ਫੈਮਿਲੀ ਦੇ ID ਪਰੂਫ A to Z ਲੱਗਣਗੇ, A to Z ਆਧਾਰ ਕਾਰਡ ਲੱਗਣੀ, ਹੋਰ ਕੁਛ ਵੀ ਨਹੀਂ ਲੱਗਦਾ ਗਾ। ਤੁਸੀਂ ਇੰਨਾ ਕੁ ਤੁਹਾਡਾ ਕੰਮ ਆ ਸਿਰਫ ਰਜਿਸਟਰ ਵੀਜ਼ਾ, ਤੁਸੀਂ ਜਿਸ ਵੀ ਏਜੰਟ ਤੋਂ ਲਵਾਉਣੀ ਆ ਉਸਨੂੰ ਵਧੀਆ ਰੀਪ੍ਰਜੈਂਟ ਕਰਕੇ ਆਪਣੀ ਫਾਈਲ ਦਿਓ। ਪਰ ਮੈਂ ਤੁਹਾਨੂੰ ਇਹੀ ਸਲਾਹ ਦੇਵਾਂਗਾ ਕਿ ਤੁਸੀਂ ਈਜ਼ੀ ਵੀਜ਼ਾ ਜਲੰਧਰ 'ਤੇ ਫਾਈਲ ਲਗਵਾਓ, ਕਿਉਂਕਿ ਉਹ ਬਹੁਤ ਵਧੀਆ ਗਾਈਡ ਕਰਦੇ ਆ, ਉਹਨਾਂ ਦੇ ਕੋਈ ਚਾਰਜ ਵੀ ਵਾਲੇ ਨਹੀਂ, ਸਿਰਫ ਇੱਕ ਫਾਈਲ ਦਾ 10,000 ਤੋਂ 15,000 ਫਾਈਲ ਚਾਰਜ ਆ, ਉਹ ਉਹਨਾਂ ਦੇ ਬਣਦੇ ਵੀ ਆ, ਕਿਉਂਕਿ ਉਹ ਆਪਣੀ ਫਾਈਲ 'ਤੇ ਇੰਨਾ ਮੱਥਾ ਵੀ ਮਾਰਦੇ ਆ, ਬਹੁਤ ਟਾਈਮ ਲੱਗ ਜਾਂਦਾ। ਅਤੇ ਅੰਬੈਸੀ ਵੀ ਸਮਾਨ ਲਓ, ਇਹਦੀ ਹੁੰਦੀ ਹੈ ਇੱਕ ਜਣੇ ਦੀ $185, ਇੰਡੀਆ ਦੇ ਅਕੋਰਡਿੰਗ 12,000 ਰੁਪਇਆ ਬਣੂਗੀ ਤੁਹਾਡੀ ਅੰਬੈਸੀ ਫੀਸ, ਅਤੇ ਬਹੁਤ ਹੀ ਤੁਸੀਂ 22-23,000 ਦੇ ਵਿੱਚ ਵਿਜ਼ਟਰ ਵੀਜ਼ਾ ਲੈ ਸਕਦੇ ਹੋ। ਇਹ ਬਹੁਤ ਆਸਾਨ ਤਰੀਕਾ, ਕਈ ਹੁੰਦੇ ਆ ਏਜੰਟ ਤੁਹਾਡਾ ਵਿਜ਼ਟਰ ਵੀਜ਼ਾ ਅਪਲਾਈ ਕਰ ਦਿੰਦੇ ਆ, ਕਹਿਣਗੇ 15 ਲੱਖ ਲਿਆਓ ਜੀ, ਕੈਨੇਡਾ ਤੁਹਾਡਾ ਵੀਜ਼ਾ ਆ ਗਿਆ। ਆਪਣੇ ਵਰਗੇ ਵੀ ਹੁੰਦੇ ਆ, ਚਲੋ ਇਹ ਵੀਜ਼ਾ ਆ ਗਿਆ ਕੈਨੇਡਾ ਦਾ, ਦਿਓ 15 ਲੱਖ। ਇਹਨਾਂ ਚੀਜ਼ਾਂ ਤੋਂ ਬਚੋ, ਮੇਰਾ ਮੇਨ ਮਕਸਦ ਵੀਡੀਓ ਬਣਾਉਣ ਦਾ ਇਹੀ ਪਰਪਸ ਸੀ ਕਿ ਏਜੰਟ ਜਿਹੜੇ ਠੱਗ ਬੈਠੇ ਆ ਉਹਨਾਂ ਤੋਂ ਬਚੋ, ਪਲੀਜ਼ ਉਹਨਾਂ ਤੋਂ ਬਚੋ। ਅਤੇ ਕੋਈ ਵੀ ਤੁਹਾਨੂੰ ਜਾਣਕਾਰੀ ਦੀ ਲੋੜ ਹੋਵੇ, ਕਿਹੜੇ ਕਿਹੜੇ ਡਾਕੂਮੈਂਟ ਲੱਗਣੇ ਆ, ਮੈਂ ਤੁਹਾਡੀ ਜ਼ਰੂਰ ਹੈਲਪ ਕਰੂੰਗਾ। ਤੁਸੀਂ ਮੈਨੂੰ ਇੰਸਟਾਗ੍ਰਾਮ 'ਤੇ ਮੈਸੇਜ ਕਰ ਸਕਦੇ ਹੋ, ਮੈਂ ਲਿੰਕ ਦਿੱਤਾ ਹੋਇਆ ਆਪਣਾ YouTube ਦੇ ਨੀਚੇ ਡਿਸਕ੍ਰਿਪਸ਼ਨ 'ਚ, ਅਤੇ ਤੁਸੀਂ ਮੈਨੂੰ ਜ਼ਰੂਰ ਮੈਸੇਜ ਕਰੋ। ਕੋਈ ਵੀ ਜਾਣਕਾਰੀ ਹੋਵੇ ਬਿਲਕੁਲ ਤੁਸੀਂ ਬੇਝਿਜਕ ਹੋ ਕੇ ਜਾਣਕਾਰੀ ਲੈ ਸਕਦੇ ਹੋ ਮੇਰੇ ਤੋਂ, ਬਿਲਕੁਲ ਫ੍ਰੀ ਜਾਣਕਾਰੀ ਦੇਊਂਗਾ ਤੁਹਾਨੂੰ ਮੈਂ। ਕੋਈ ਮਤਲਬ ਕਿ ਹੁੰਦੇ ਆ ਜਾਣਕਾਰੀ ਲੈਣ ਦੀ, ਪੈਸੇ ਪੇਡ ਲੈ ਜਾਂਦੇ ਕਿ ਪੇਡ ਹੁੰਦੇ, ਮੈਂ ਤੁਹਾਨੂੰ ਬਿਲਕੁਲ ਅੱਛੀ ਵਧੀਆ ਕੁਆਲਿਟੀ, ਤੁਹਾਨੂੰ ਬਿਲਕੁਲ ਵਧੀਆ ਰਾਇ ਦੇਊਂਗਾ, ਤੁਹਾਨੂੰ ਕੋਈ ਵੀ ਤੁਹਾਡਾ ਮਾੜਾ ਨਹੀਂ ਕਰੂੰਗਾ, ਬਿਲਕੁਲ ਤੁਹਾਡਾ ਨੁਕਸਾਨ ਨਹੀਂ ਕਰਨ ਦੇਊਂਗਾ। ਜੇ ਤੁਸੀਂ, ਤੁਹਾਡੀ ਪ੍ਰੋਫਾਈਲ ਵਧੀਆ ਹੋਈ ਤਾਂ ਮੈਂ ਤੁਹਾਨੂੰ ਬਿਲਕੁਲ ਕਹੂੰਗਾ ਕਿ ਤੁਸੀਂ ਵੀਜ਼ਾ ਲਗਾਓ, ਜੇ ਤੁਹਾਡੀ ਪ੍ਰੋਫਾਈਲ ਵਧੀਆ ਨਹੀਂ ਹੋਈ ਤਾਂ ਮੈਂ ਤੁਹਾਨੂੰ ਮਨ੍ਹਾ ਕਰ ਦੂੰਗਾ ਕਿ ਤੁਸੀਂ ਨਾ ਲਗਾਓ ਹਜੇ ਫਾਈਲ। ਅਤੇ ਮੇਰਾ ਮੇਨ ਮਕਸਦ ਵੀਡੀਓ ਬਣਾਉਣ ਦਾ ਇਹ ਸੀ ਕਿ
ਜਿਹੜੇ ਠੱਗ ਏਜੰਟ ਆ ਉਹਨਾਂ ਤੋਂ ਬਚੋ ਪਲੀਜ਼। ਅਤੇ ਬਾਕੀ ਤੁਸੀਂ ਠੀਕ ਠਾਕ ਹੋਵੋਗੇ, ਸਾਰੇ ਵਧੀਆ ਹੋਵੋਗੇ। ਇਸ ਵੀਡੀਓ ਨੂੰ ਐਂਡ ਤੱਕ ਤੁਸੀਂ ਹੁਣ ਦੇਖ ਹੀ ਰਹੇ ਹੋਗੇ ਤਾਂ ਤੁਹਾਨੂੰ ਬਿਲਕੁਲ ਵਧੀਆ ਸੁਨੇਹਾ ਮਿਲੇਗਾ। ਅਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਨੂੰ ਫਿਰ ਤੋਂ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ।